पटियाला तो सामने आई ने जिथे एक तेज रफ्तार पीआरटीसी बस खड़े ऑटो नाल टकरा गई। इस खौफनाक हादसे बारे पीआरटीसी अधिकारियों ने दसा कि इस हादसे विच बस विच सवार किसी की भी कोई सट नहीं लगी, पर बस ड्राइवर नूं इलाज लई हस्पताल भेजा गया, जिस नाल मुलाकात होने तो बाद ही इस हादसे की वजह का पता लग सकेगा। सुखविंदर सिंह चीफ इंस्पेक्टर। ललौसी तो आ रही थी पटियाले चल के, इस तो बस स्टैंड के अंदर से सानू तो जब पता लग्या कि ऐ करके तुहाडी बस एक्सीडेंट हो गई। असी जब आके देखा तो ड्राइवर नूं असी एंबूलेंस पा रहे से, मतलब ड्राइवर एंबूलेंस पा के अभी उसे मेडिकल वास्ते भेजता, तो बाकी सवारियां जिन्नी है सारिया सेम ने। मेरे आने तो पहला सवारियां तकरीबन बस के है नहीं सी, हाँ सारिया मतलब बागे से ठीक से सवारियाँ। नहीं सर ये बारे मैं अजे कोई जानकारी ना समझ आ रहा, दौरा दूरा अचानक कदम हूँ मैं तो उसे है नहीं सर, मैं तो कुछ पता नहीं है, मैं तो जो मैं आके पता लगे मैं उसको दस रहा। बरिंदर सिंह ये समाणे साइड का रहना, कुछ नहीं पता मैं अंदर दफ्तर से मैं हूँ आके चेक कर जी आके देखे ही है उन्होंने एंबूलेंस गिरा मेडिकल तबीयत किमें फिलहाल जो सट्टा इतों अजे फिलहाल ठीक सी। उत्थे ही आटो चालक ने दसिया कि उसने अपना आटो एक पासे खड़ा किया हुआ सी, पर बस अचानक उन्होंने आटो रिक्शा नाल टकरा गई। उन्होंने कहा कि इस हादसे तो बाद बस ड्राइवर एक बार थले उतरिया सी अते फिर दोबारा बस विच चढ़ गया अते तबीयत खराब होने की गल भी कह लगा। उन्होंने मांग की थी कि इस हादसे कारण हुए नुकसान का मुआवजा उन्होंने दिता जाए। ਕੀ ਨਾਮ ਹੈ ਭਾਈ ਤੁਹਾਡਾ? ਮੇਰਾ ਨਾਮ ਦਰਸ਼ਨ ਸਿੰਘ ਹੈ ਜੀ। ਕੀ ਕੰਮ ਕਰਦੇ ਹੋ? ਆਟੋ ਚਲਾਉਂਦੇ ਜੀ। ਕਿਹੜੀ ਜਗ੍ਹਾ ਜੀ? ਇਸੀ ਜਗ੍ਹਾ, ਇਸੀ ਜਗ੍ਹਾ ਦਾ ਆਟੋ ਮੇਰਾ ਹੀ ਹੈ ਜੀ। ਉਹ ਅੱਛਾ ਆਟੋ ਹੈ, ਕੀ ਗੱਲ ਹੋਈ ਹੈ ਜੀ? ਬਸ ਇਧਰੋਂ ਬੱਸ ਆਈ ਹੈ, ਸਾਡਾ ਆਟੋ ਉੱਥੇ ਖੜਾ ਸੀ, ਉਹ ਆਟੋ ਆਉਣ ਸਾਰਾ ਸੀ ਕੋਲੇ ਦੇ ਸੀ, ਮੈਂ ਸਗੁਰ ਮੈਂ ਸਟਾਰਟ ਕਰਨ ਲੱਗਾ ਸੀ ਗੱਡੀ, ਮੈਂ ਸਟਾਰਟ ਕੀਤੀ ਮੈਂ ਸਾਈਡ 'ਤੇ ਹੋ ਗਿਆ, ਪਿੱਛੋਂ ਗੱਡੀ ਠਾ ਦੇ ਕੇ ਲੱਗੀ, ਗੱਡੀ ਲੱਗੀ ਅਤੇ ਗੱਡੀਆਂ ਇਕੱਠੀਆਂ ਹੋ ਗਿਆ, ਦੋਨੋਂ ਤਿੰਨੇ ਡਰਾਈਵਰ ਥੱਲੇ ਉਤਰਿਆ, ਥੱਲੇ ਉਤਰ ਕੇ ਉਹ ਦੁਬਾਰਾ ਫਿਰ ਗੱਡੀ 'ਚ ਜਾ ਕੇ ਲੰਮਾ ਪਿਆ, ਉਹਨੂੰ ਕੋਈ ਟੈਕ ਨਹੀਂ ਹੋਇਆ, ਫਿਰ ਉੱਥੇ ਜਿਹੜੇ ਪੈਦਲ ਆਇਆ ਫਿਰ ਗਿਆ ਉਹ। ਤੁਹਾਡੇ ਆਟੋ ਸਵਾਰੀਆਂ ਬੈਠੀਆਂ ਸੀ? ਸਾਡੇ ਖਾਲੀ ਖੜਾ ਜੀ ਸਾਈਡ ਤੇ। ਬੱਸ 'ਚ ਕੋਈ ਸਵਾਰੀ ਸੀਗੀ? ਬੱਸ 'ਚ ਸਵਾਰੀਆਂ ਸੀ। ਉਹਨਾਂ ਨੂੰ ਸੱਟਾਂ ਲੱਗੀਆਂ? ਇੱਕ ਦੋ ਨੂੰ ਲੱਗਿਆ ਸੱਟਾਂ ਜੀ। ਜਿਹੜਾ ਤੁਸੀਂ ਇੱਥੇ ਆਟੋ ਖੜਾਏ ਨੇ ਤੁਹਾਡੇ ਕੋਲ ਪਰਮਿਸ਼ਨ ਵਗੈਰਾ ਜਾਂ ਸਟੈਂਡ ਹੈ ਜੀ ਕੋਈ? ਸਾਡਾ ਯੂਨੀਅਨ ਹੈ, ਰਜਿਸਟਰਡ ਯੂਨੀਅਨ ਹੈ ਜੀ ਸਾਡੀ। ਯੂਨੀਅਨ ਨਹੀਂ ਹੈ, ਜਗ੍ਹਾ ਦੀ, ਜਿਹੜੀ ਜਗ੍ਹਾ ਦੀ ਗੱਲ ਕਰ ਰਹੇ ਹਾਂ, ਰਜਿਸਟਰਡ ਯੂਨੀਅਨ ਹੈ ਇਹ। ਤੁਸੀਂ ਮੰਗ ਕੀ ਕਰਦੇ ਹੋ ਜਿਹੜਾ ਤੁਹਾਡਾ ਇੰਨਾ ਨੁਕਸਾਨ ਹੋਇਆ? ਵੀਰ ਜੀ ਅਸੀਂ ਤਾਂ ਇਹੀ ਮੰਗ ਕਰਦੇ ਜਿਹੜਾ ਸਾਡਾ ਨੁਕਸਾਨ ਜਿੰਨਾ ਵੀ ਹੋਇਆ ਅਸੀਂ ਉਹਨੂੰ ਲੜਨਾ ਕੀ ਹੈ, ਸਾਡਾ ਗੱਡੀ ਦਾ ਗਰੀਬ ਬੰਦੇ ਹੈ, ਅਜਿਹੀ ਤਾਂ ਸਾਡੀ ਰੋਜੀ ਰੋਟੀ ਇਹੀ ਹੈ, ਇਸ ਤੋਂ ਬਾਹਰ ਕੋਈ ਨਹੀਂ ਹੈ। ਹੁਣ ਬਸਾ ਲੋਕਡਾਊਨ ਦੇ ਉੱਠੇ ਸੀ, ਹੁਣ ਇਹ ਗੱਡੀ ਮੇਰੀ ਬਿਲਕੁਲ ਖਤਮ ਹੋ ਗਈ, ਮੈਂ ਤਾਂ ਰੋਟੀ ਦਊ ਯਾਰ। ਕੀ ਮੰਗ ਕੀ ਕਰਦੇ ਹੋ ਜੀ? ਮੇਰੀ ਗੱਡੀ ਠੀਕ ਕਰਾ, ਹੁੰਦੀ ਨਹੀਂ ਹੈ, ਵੈਸੇ ਤਾਂ ਮੇਰੀ ਗੱਡੀ ਠੀਕ ਨਹੀਂ ਹੁੰਦੀ, ਜੇ ਹੁੰਦੀ ਹੈ ਮੈਨੂੰ ਕਰਵਾ ਦੇਣ, ਨਹੀਂ ਮੇਰਾ ਮੌਜਾ ਦੇ ਦੇ। ਇਸ ਘਟਨਾ ਬਾਰੇ ਪੁਲਿਸ ਅਧਿਕਾਰੀ ਨੇ ਕਿਹਾ ਕਿ ਉਹਨਾਂ ਵੱਲੋਂ ਇਸ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ, ਜਿਸ ਤੋਂ ਬਾਅਦ ਹੀ ਪੁਲਿਸ ਵੱਲੋਂ ਅਗਲੀ ਕਾਰਵਾਈ ਕੀਤੀ ਜਾਵੇਗੀ। ਮੈਨੂੰ ਮੈਂ ਮਾਤਾ ਕਸ਼ਾਲਾ ਹਸਪਤਾਲ ਕਿਸੇ ਸਟੇਟਮੈਂਟ ਲੈ ਰਿਹਾ ਸੀ, ਕੁਝ ਝਗੜਾ ਹੋਇਆ ਸੀਗਾ, ਉੱਥੇ ਮੁੰਸ਼ੀ ਦਾ ਫੋਨ ਆਇਆ ਵੀ ਬੱਸ ਅੱਡੇ ਇੱਕ ਬੇਕਾਬੂ ਬੱਸ ਹੋ ਕੇ ਇੱਕ ਸਾਈਡ ਪਈ ਹੈ, ਤਾਂ ਮੌਕੇ 'ਤੇ ਆ ਕੇ ਦੇਖਿਆ ਵੀ ਜਿਹੜੀ ਬੱਸ ਹੈ ਇਹਨੇ ਕਾਫੀ ਟੈਂਪੂਆਂ ਦਾ ਬਿਜਲੀ ਬੋਰਡ ਦੇ ਖੰਭੇ ਦਾ ਨੁਕਸਾਨ ਕੀਤਾ, ਇਹਦਾ ਡਰਾਈਵਰ ਵੀ ਉਹਨੂੰ ਹੋਸਪਿਟਲ ਭੇਜਿਆ, ਹੋ ਸਕਦਾ ਵੀ ਉਹਨੂੰ ਕੋਈ ਦੌਰਾ ਪੈ ਗਿਆ ਹੋਵੇ ਜਾਂ ਕੋਈ ਪ੍ਰੋਬਲਮ ਆ ਗਈ ਹੋਵੇ, ਉਹ ਮੌਕੇ 'ਤੇ ਉਹਦਾ ਬਿਆਨ ਲੈ ਕੇ ਜਾਂ ਡਾਕਟਰ ਦੀ ਸਟੇਟਮੈਂਟ ਲੈ ਕੇ ਮੈਡੀਕਲ ਰਿਕਾਰਡ ਲੈ ਕੇ ਪਤਾ ਲੱਗੂ ਵੀ ਉਹਨੂੰ ਦੌਰਾ ਪਿਆ ਜਾਂ ਕੀ ਪ੍ਰੋਬਲਮ, ਉਦੋਂ ਕਿਉਂ ਹਾਦਸਾ ਹੋਇਆ, ਬਾਕੀ ਮੌਕੇ 'ਤੇ ਪੜਤਾਲ ਕਰ ਰਹੇ ਹਾਂ। दस दिए कि इस हादसे कारण बस ड्राइवर की अचानक तबीयत खराब होना दसा जा रहा है, पर ऑटो चालक वालों ड्राइवर की तबीयत ठीक होने की गल कही जा रही है। पुलिस वालों इस मामले की जांच की जा रही है, जिस तों बाद ही इस हादसे की असल सच्चाई सामने आ सकेगी। पटियाला तो अमरजीत सिंह, पंजाबी लोक चैनल।